ਸੂਬੇ ਦੇ ਹਾਲਾਤ ਅੱਜ ਅਜਿਹੇ ਹੋ ਚੁੱਕੇ ਨੇ ਕਿ ਨਸ਼ੇ ਦੇ ਕਾਲੇ ਕਾਰੋਬਾਰ 'ਚ ਇਕੱਲੇ ਮਰਦ ਹੀ ਨਹੀਂ ਮਹਿਲਾਵਾਂ ਵੀ ਵੜਦੀਆਂ ਜਾ ਰਹੀਆਂ ਨੇ। ਜੀ ਹਾਂ, ਤੁਸੀਂ ਸਹੀ ਸੁਣਿਆ, ਮਹਿਲਾਵਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ। ਇਹ ਯਕੀਨ ਕਰਨਾ ਮੁਸ਼ਕਲ ਹੋ ਜਾਵੇਗਾ, ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਆਖਰ ਭਾਈ ਇਹ ਕਿਵੇਂ ਹੋ ਸਕਦਾ, ਆਖਰ ਮਾਮਲਾ ਕੀ ਹੈ। ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਜਾਣਕਾਰੀ ਮੁਤਾਬਕ ਫਿਲੌਰ 'ਚ ਵੱਖ ਵੱਖ ਥਾਵਾਂ 'ਤੇ ਮਹਿਲਾਵਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਸੀ, ਜਿਨ੍ਹਾਂ ਨੇ ਪੁਲਿਸ ਦੀ ਨੀਂਦ ਉਡਾ ਰੱਖੀ ਸੀ, ਪੁਲਿਸ ਦੇ ਨੱਕ 'ਚ ਦਮ ਕਰ ਰੱਖਿਆ ਸੀ। ਪੁਲਿਸ ਲਗਾਤਾਰ ਮੁਲਜ਼ਮ ਮਹਿਲਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਆਖਰ ਹੁਣ ਪੁਲਿਸ ਵੱਲੋਂ ਜਾਲ ਵਿਛਾ ਕੇ ਇਹਨਾਂ ਤਿੰਨਾਂ ਮਹਿਲਾਵਾਂ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ 532 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਕਿ ਤਿੰਨਾਂ ਮਹਿਲਾਵਾਂ ਦਾ ਰਿਮਾਂਡ ਲੈ ਲਿਆ ਗਿਆ, ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰ ਇਹਨਾਂ ਵੱਲੋਂ ਨਸ਼ਾ ਲਿਆਇਆ ਕਿੱਥੋਂ ਜਾਂਦਾ ਸੀ, ਕਿਸ ਕਿਸ ਏਰੀਆ 'ਚ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਸੀ। ਅਸੀਂ ਸੋਰਸਿਸ ਲਗਾਏ ਸੀ, ਜਿਸ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਕੇ ਅਸੀਂ ਅਲੱਗ ਅਲੱਗ ਕੇਸਾਂ ਦੇ ਵਿੱਚ 3 ਕੇਸ ਦਰਜ ਕੀਤੇ ਗਏ ਆ ਔਰ 3 ਕੇਸਾਂ ਦੇ ਵਿੱਚ ਰਿਕਵਰੀ ਹੋਈ ਆ। ਜਿਹੜੀ ਇੱਕ ਕਵਿਤਾ ਖੱਪ ਹੈ ਲੇਡੀ, ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ, ਔਰ ਇੱਕ ਅਨੀਤਾ ਆ, ਅਨੀਤਾ ਗੰਨਾ ਪਿੰਡ ਦੀ ਆ, ਉਹਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਆ, ਔਰ ਇੱਕ ਅਮਰਜੀਤ ਜੀਤਾ ਨਾਂ ਦੀ ਲੇਡੀ ਆ, ਉਹਦੇ ਕੋਲੋਂ ਅਸੀਂ 500 ਗ੍ਰਾਮ ਹੈਰੋਇਨ ਔਰ 5,22,000 ਰੁਪਏ ਡਰੱਗ ਮਨੀ ਰਿਕਵਰ ਕੀਤੀ ਆ। ਸਰ ਕਿੱਥੋਂ ਲਿਆਉਂਦੇ ਸੀ, ਕਿੱਥੇ ਭੇਜਦੇ, ਸਪਲਾਈ ਕਿੱਥੇ ਕਰਦੇ? ਦਿਸ ਇਜ਼ ਅ ਮੈਟਰ ਆਫ ਆਰ ਇਨਵੈਸਟੀਗੇਸ਼ਨ, ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ। ਉਹ ਫਿਰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਪਤਾ ਲੱਗੇਗਾ, ਉਹ ਲੋਕ ਨੋਮੀਨੇਟ ਕਰਕੇ ਉਹਨਾਂ ਕੋਲ ਰਿਕਵਰੀ ਕਰ। ਵਾਕਈ ਮਾਮਲਾ ਬੇਹੱਦ ਗੰਭੀਰ, ਚਿੰਤਾਵਾਂ 'ਚ ਪਾਉਣ ਦੇਣ ਵਾਲਾ ਹੈ। ਮਹਿਲਾਵਾਂ ਦਾ ਵੀ ਨਸ਼ੇ ਦੇ ਇਸ ਕਾਰੋਬਾਰ 'ਚ ਵੜਨਾ ਸਰਕਾਰ ਦੇ ਮੂੰਹ 'ਤੇ ਵੱਡੀ ਚਪੇੜ ਹੈ, ਜੋ ਸੂਬੇ ਨੂੰ ਰੰਗਲਾ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ, ਜਦਕਿ ਮਹਿਲਾਵਾਂ ਤੱਕ ਵੀ ਨਸ਼ਾ ਵੇਚਣ ਨੂੰ ਮਜਬੂਰ ਹੋ ਰਹੀਆਂ ਨੇ। ਇੱਥੇ ਵੱਡਾ ਸਵਾਲ ਇਹੀ ਹੈ ਕਿ ਆਖਰ ਇਸ ਦਾ ਜ਼ਿੰਮੇਵਾਰ ਕੌਣ, ਆਖਰ ਇਸ ਨੂੰ ਕੀ ਸਮਝੀਏ, ਇਹ ਤੁਸੀਂ ਹੀ ਦੱਸੋ। ਫਿਲੌਰ ਤੋਂ ਪੀ ਟੀ ਸੀ ਨਿਊਜ਼ ਦੇ ਲਈ ਮੁਨੀਸ਼ ਬਾਵਾ ਦੀ ਰਿਪੋਰਟ।